ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਮੋਹਨ ਚੀਮਾ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਵੰਨਿਆ ਨਾਮ। ਪੇਸ਼ ਨੇ ਚੋਣਵੀਆਂ ਖਬਰਾਂ। ਟਰੰਪ ਨੂੰ ਮਿਲੀ ਰਾਹਤ, ਸੈਨੇਟ ਨੇ ਮਹਾਦੋਸ਼ ਤੋਂ ਕੀਤਾ ਬਰੀ। ਲਾਲ ਕਿਲ੍ਹਾ ਹਿੰਸਾ ਦਾ ਮਾਸਟਰ ਮਾਈਂਡ ਕੋਈ ਹੋਰ। ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ। ਕੈਨੇਡਾ ਇਮੀਗ੍ਰੇਸ਼ਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ। ਟਰੂਡੋ ਨੇ PM ਮੋਦੀ ਨਾਲ ਗੱਲਬਾਤ 'ਚ ਚੁੱਕਿਆ ਕਿਸਾਨੀ ਅੰਦੋਲਨ ਦਾ ਮੁੱਦਾ। ਮਾਰੀਓ ਦਰਾਗੀ ਨੇ ਇਟਲੀ ਦੇ PM ਵਜੋਂ ਚੱਕੀ ਸਹੁੰ। 7.1 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਜਪਾਨ। ਟਿਕਟੌਕ ਤੋਂ ਬੈਨ ਹਟਾ ਸਕਦੇ ਹਨ ਜੋ ਬਾਈਡਨ, ਚੀਨ ਨੇ ਫੈਸਲੇ ਦਾ ਕੀਤਾ ਸਵਾਗਤ। ਕੈਨੇਡਾ ਨੇ 2020 ਵਿੱਚ 1,84,370 ਨਵੇਂ ਪ੍ਰਵਾਸੀਆਂ ਨੂੰ ਦਿੱਤਾ ਪਰਮਾਨੈਂਟ ਰੈਜ਼ੀਡੈਂਟ। ਸੁਪਰੀਮ ਕੋਰਟ ਗਠਿਤ ਕਮੇਟੀ ਵੱਲੋਂ 12 ਕਿਸਾਨ ਯੂਨੀਅਨਾਂ ਤੇ 8 ਰਾਜਾਂ ਦੇ ਕਿਸਾਨਾਂ ਨਾਲ ਮੀਟਿੰਗ। ਤੇ ਹੁਣ ਪੇਸ਼ ਨੇ ਖਬਰਾਂ ਵਿਸਥਾਰ ਨਾਲ। ਅਮਰੀਕਾ ਦੀ ਸੈਨੇਟ ਨੇ ਕੈਪੀਟਲ ਵਿੱਚ 6 ਜਨਵਰੀ ਨੂੰ ਹੋਈ ਹਿੰਸਾ ਭੜਕਾਉਣ ਦੇ ਦੋਸ਼ਾਂ ਤੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਰੀ ਕਰ ਦਿੱਤਾ। ਟਰੰਪ ਖਿਲਾਫ਼ 4 ਦਿਨ ਦੀ ਸੁਣਵਾਈ ਮਗਰੋਂ 100 ਮੈਂਬਰੀ ਸੈਨੇਟ ਨੇ ਮਹਾਦੋਸ਼ ਦੇ ਪੱਖ ਵਿੱਚ 57 ਵੋਟ ਅਤੇ ਇਸ ਦੇ ਵਿਰੁੱਧ ਵਿੱਚ 43 ਵੋਟਾਂ ਦਿੱਤੀਆਂ। ਟਰੰਪ ਨੂੰ ਦੋਸ਼ੀ ਸਾਬਤ ਕਰਨ ਲਈ 10 ਹੋਰ ਵੋਟਾਂ ਦੀ ਲੋੜ ਸੀ। ਟਰੰਪ ਦੇ ਦੋਸ਼ ਸੀ ਕਿ ਕੈਪੀਟਲ ਵਿੱਚ 6 ਜਨਵਰੀ ਨੂੰ ਉਹਨਾਂ ਦੇ ਸਮਰਥਕਾਂ ਨੇ ਜਿਹੜੀ ਹਿੰਸਾ ਕੀਤੀ ਸੀ ਉਹਨਾਂ ਨੂੰ ਭੜਕਾਇਆ ਗਿਆ ਸੀ। ਰਿਪਬਲਿਕਨ ਪਾਰਟੀ ਦੇ 7 ਸੈਨੇਟਾਂ ਨੇ ਟਰੰਪ ਖਿਲਾਫ਼ ਮਹਾਦੋਸ਼ ਦੇ ਸਮਰਥਨ ਵਿੱਚ ਵੋਟਿੰਗ ਕੀਤੀ, ਪਰ ਡੈਮੋਕ੍ਰੈਟਿਕ ਸਾਬਕਾ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਲੋੜੀਂਦੇ 67 ਵੋਟ ਹਾਸਲ ਨਹੀਂ ਕਰ ਪਾਈ। ਸੈਨੇਟ ਨੇ ਡੈਮੋਕ੍ਰੈਟਿਕ ਪਾਰਟੀ ਦੇ 50 ਮੈਂਬਰ ਹਨ। ਟਰੰਪ ਅਮਰੀਕੀ ਇਤਿਹਾਸ ਵਿੱਚ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਖਿਲਾਫ਼ 2 ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕੀਤੀ ਗਈ। ਉਹ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਦਫ਼ਤਰ ਛੱਡਣ ਮਗਰੋਂ ਮਹਾਦੋਸ਼ ਦੀ ਕਾਰਵਾਈ ਦਾ ਸਾਹਮਣਾ ਕੀਤਾ ਹੈ। ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਭੀੜ ਨੂੰ ਭੜਕਾਉਣ ਵਾਲੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਦੀਪ ਸਿੱਧੂ ਤੇ ਇਕਬਾਲ ਸਿੰਘ, ਜੋ DCP ਦੀ ਅਗਵਾਈ ਹੇਠ ਜਾਂਚ ਅਧਿਕਾਰੀਆਂ ਦੇ ਨਾਲ 15 ਸਵਾਲਾਂ ਦੀ ਲਿਸਟ ਬਣਾ ਕੇ ਕ੍ਰਾਈਮ ਬ੍ਰਾਂਚ ਦੇ ਆਫਿਸ ਵਿੱਚ ਲਗਭਗ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ, ਜਿਸ ਵਿੱਚ ਦੋਵਾਂ ਮੁਲਜ਼ਮਾਂ ਦਾ ਇੱਕੋ ਜਵਾਬ ਸੀ ਕਿ ਉਹਨਾਂ ਦਾ ਕੋਈ ਮਾੜਾ ਇਰਾਦਾ ਨਹੀਂ ਸੀ ਅਤੇ ਜਿਵੇਂ ਹੀ ਸਾਰੇ ਉੱਥੇ ਜਾ ਰਹੇ ਸਨ ਉਹ ਵੀ ਚਲੇ ਗਏ ਸਨ। ਉੱਥੇ ਹੀ ਕ੍ਰਾਈਮ ਬ੍ਰਾਂਚ ਨੇ ਕਈ ਡਿਜੀਟਲ ਸਬੂਤ ਇਕੱਠੇ ਕੀਤੇ ਹਨ। ਪੁਲਿਸ ਦੀਪ ਸਿੱਧੂ ਤੇ ਦੋਵਾਂ ਮੋਬਾਈਲਾਂ ਫੋਨਾਂ ਦਾ ਕਾਲ ਡਿਟੇਲ ਰਿਕਾਰਡ ਅਤੇ ਇਹਨਾਂ ਦੀ ਲੋਕੇਸ਼ਨ ਦੇ ਆਧਾਰ ਤੇ ਪੁੱਛਗਿੱਛ ਕਰਕੇ ਉਸ ਦੇ ਨੈੱਟਵਰਕ ਨੂੰ ਫਰੋਲ ਰਹੀ ਹੈ। ਮੁੱਢਲੀ ਤਫਤੀਸ਼ 'ਚ ਸਪਸ਼ਟ ਹੋਇਆ ਹੈ ਕਿ ਹਿੰਸਾ ਦਾ ਮਾਸਟਰ ਮਾਈਂਡ ਕੋਈ ਹੋਰ ਹੀ ਹਨ, ਦੀਪ ਸਿੱਧੂ ਤੇ ਇਕਬਾਲ ਸਿੰਘ ਦਾ ਸਿਰਫ ਮੋਹਰਾ ਸਨ। ਦੀਪ ਸਿੱਧੂ ਨੇ ਹਿੰਸਾ ਵੇਲੇ ਅਤੇ ਝੰਡਾ ਲਹਿਲਾਉਣ ਵੇਲੇ ਲਾਲ ਕਿਲ੍ਹੇ ਤੇ ਉੱਪਰ ਮੌਜੂਦ ਹੋਣ ਦੀ ਗੱਲ ਮੰਨੀ ਹੈ, ਜਦੋਂ ਕਿ ਪਹਿਲਾਂ ਤੋਂ ਹੀ ਇਸ ਗੱਲ ਤੇ ਸਬੂਤ ਤੇ ਵੀਡੀਓ ਮੌਜੂਦ ਹਨ। ਝੰਡਾ ਲਹਿਲਾਉਣ ਵੇਲੇ ਉਸਨੇ ਫੇਸਬੁੱਕ ਲਾਈਵ ਕੀਤਾ ਸੀ। ਇਸ ਬਾਰੇ ਦੀਪ ਸਿੱਧੂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਫੈਨ ਫੋਲੋਇੰਗ ਵਧਾਉਣ ਕਾਰਨ ਉਸ ਕੋਲੋਂ ਇਹ ਗਲਤੀ ਹੋ ਗਈ। ਹਿੰਸਾ ਬਾਰੇ ਦੀਪ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਸੀ ਕਿ ਗੱਲ ਇੰਨੀ ਵਿਗੜ ਜਾਵੇਗੀ। ਉਹ ਲਾਲ ਕਿਲ੍ਹੇ ਤੇ ਲੋਕਾਂ ਦਾ ਭੜਕਾਊ ਤੇ ਹਿੰਸਕ ਰੂਪ ਦੇਖ ਕੇ ਬਹੁਤ ਘਬਰਾ ਗਿਆ ਸੀ। ਹਿੰਸਾਵਾਦੀ ਦੇਖ ਕੇ ਉਹ ਲਾਲ ਕਿਲ੍ਹੇ ਤੋਂ ਚਲਾ ਗਿਆ ਸੀ ਕਿਉਂਕਿ ਲੋਕ ਉਸਦੀ ਗੱਲ ਵੀ ਨਹੀਂ ਮੰਨ ਰਹੇ ਸਨ। ਹੁਣ ਤੱਕ ਦੀ ਜਾਂਚ ਵਿੱਚ ਦੀਪ ਸਿੱਧੂ ਦੀ ਮੋਬਾਈਲ ਲੋਕੇਸ਼ਨ ਰਾਜਘਾਟ ਤੋਂ ਲਾਲ ਕਿਲ੍ਹੇ ਦੇ ਵਿਚਕਾਰ ਦੀ ਮਿਲੀ ਹੈ। ਦੂਜੀ ਲੋਕੇਸ਼ਨ ਕੁੰਡਲੀ ਸਿੰਘ ਬਾਰਡਰ ਤੇ ਅਤੇ ਤੀਜੀ ਹਰਿਆਣਾ ਦੇ ਸ਼ਾਹਬਾਦ ਕੁਰੂਕਸ਼ੇਤਰ ਇਲਾਕੇ ਦੀ ਮਿਲੀ ਹੈ। ਫਿਰ ਉਸਦਾ ਫੋਨ ਬੰਦ ਹੋ ਗਿਆ ਸੀ। ਕੈਨੇਡਾ 'ਚ COVID-19 ਤੇ ਨੱਥ ਪਾਉਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਇੱਥੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਤੋਂ ਇਲਾਵਾ ਨਵੇਂ ਸਟ੍ਰੇਨ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਕੈਨੇਡਾ 'ਚ ਹਵਾਈ ਜਹਾਜ਼ਾਂ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਨਵਾਂ ਨਿਯਮ ਲਾਗੂ ਕੀਤਾ ਗਿਆ। ਇਹ ਨਿਯਮ ਮੁਤਾਬਕ ਯਾਤਰੀਆਂ ਨੂੰ ਆਪਣੇ ਖਰਚੇ ਤੇ ਹੋਟਲ 'ਚ ਕੁਆਰੰਟਾਈਨ ਰਹਿਣਾ ਪਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਨਿਯਮ 22 ਫਰਵਰੀ ਤੋਂ ਲਾਗੂ ਹੋਵੇਗਾ। ਹਵਾਈ ਯਾਤਰੀਆਂ ਲਈ 14 ਦਿਨਾਂ ਦਾ ਕੁਆਰੰਟਾਈਨ ਪੀਰੀਅਡ ਹੈ। ਟਰੂਡੋ ਨੇ ਕਿਹਾ ਕਿ ਤੁਹਾਨੂੰ 72 ਘੰਟਿਆਂ ਦੇ ਅੰਦਰ ਕਰਵਾਏ ਗਏ PCR ਟੈਸਟ ਦਾ ਰਿਜ਼ਲਟ ਵੀ ਦਿਖਾਉਣਾ ਹੋਵੇਗਾ, ਜਿਵੇਂ ਹੁਣ ਤੱਕ ਹਵਾਈ ਯਾਤਰਾ 'ਚ ਦਿਖਾਉਣਾ ਪੈਂਦਾ ਸੀ। ਜੇਕਰ ਕੋਈ ਬਿਨਾਂ ਟੈਸਟ ਦੇ ਪਾਇਆ ਜਾਂਦਾ ਹੈ ਤਾਂ ਉਸਨੂੰ ਸਜ਼ਾ ਦੇ ਨਾਲ ਨਾਲ $3,000 ਦਾ ਜੁਰਮਾਨਾ ਵੀ ਲਾਇਆ ਜਾਵੇਗਾ। ਟਰੂਡੋ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਕੁਝ ਨਵੇਂ ਫੈਸਲੇ ਲਵੇਗੀ ਜਿਸ ਦੇ ਤਹਿਤ ਹੈਲਥ ਕੈਨੇਡਾ ਇਸ ਦਾ ਫਾਲੋਅਪ ਲਵੇਗੀ ਅਤੇ ਲੋਕਾਂ ਦੇ ਟੈਸਟ ਨਾਲ ਉਹਨਾਂ ਨੂੰ ਕੁਆਰੰਟਾਈਨ ਵੀ ਕਰੇਗੀ। ਯਾਤਰੀਆਂ ਨੂੰ ਕੈਨੇਡਾ ਆਉਣ ਤੇ ਕੋਰੋਨਾ ਦੇ ਟੈਸਟ ਦੇ ਨਤੀਜੇ ਲਈ 3 ਦਿਨ ਹੋਟਲ 'ਚ ਰੁਕਣਾ ਪਵੇਗਾ। ਟਰੂਡੋ ਨੇ ਪਹਿਲਾਂ ਕਿਹਾ ਸੀ ਕਿ ਇਸ ਨਾਲ ਯਾਤਰੀਆਂ ਨੂੰ ਤਕਰੀਬਨ $2,000 ਦਾ ਖਰਚਾ ਆਵੇਗਾ। ਸਰਕਾਰੀ ਵੈਬਸਾਈਟ 'ਤੇ ਨਵੇਂ ਉਪਾਅ 'ਚ ਹਿੱਸਾ ਲੈਣ ਵਾਲੇ ਹੋਟਲਾਂ ਦੇ ਹੁਕਮਾਂ ਮੁਤਾਬਕ ਹੋਟਲ ਤੋਂ ਹਵਾਈ ਅੱਡੇ ਤੱਕ ਉਸਦੇ ਲਈ ਆਵਾਜਾਈ ਪ੍ਰਦਾਨ ਕਰਨਾ ਅਤੇ ਯਾਤਰੀਆਂ ਦੇ ਕਮਰੇ ਤੱਕ ਭੋਜਨ ਪਹੁੰਚਾਉਣਾ, ਇਹ ਸਾਰੇ ਖਰਚੇ ਸ਼ਾਮਲ ਹਨ। ਇਹ ਟੈਸਟ ਸਾਰੇ ਆਉਣ ਵਾਲੇ ਯਾਤਰੀਆਂ 'ਤੇ 14 ਦਿਨ ਦੇ ਕੁਆਰੰਟਾਈਨ ਹੁਕਮ ਤੋਂ ਵੱਖ ਹਨ। ਇਸ ਤੋਂ 2 ਹਫ਼ਤੇ ਦੀ ਮਿਆਦ 'ਚ 3 ਹਵਾਈ ਯਾਤਰੀਆਂ ਨੂੰ 1 ਹੋਟਲ 'ਚ ਰੁਕਣਾ ਹੋਵੇਗਾ। ਐਡਮਿੰਟਨ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ। ਕੈਨੇਡਾ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਜਾ ਰਿਹਾ ਹੈ ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਲਦ ਹੀ ਸੌਖੀ PR ਲੈ ਸਕਣਗੇ। ਉਹਨਾਂ ਕਿਹਾ ਕਿ ਹਰ ਸਾਲ ਵਿਦਿਆਰਥੀਆਂ ਰਾਹੀਂ $2.1 ਕਰੋੜ ਕੈਨੇਡਾ ਸਰਕਾਰ ਨੂੰ ਜਮ੍ਹਾਂ ਹੁੰਦਾ ਹੈ।
ਹੁਣ ਕੈਨੇਡਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕੋਰੋਨਾ ਦੀ ਮਾਰ ਹੇਠ ਆਏ ਇਹ ਵਿਦਿਆਰਥੀਆਂ ਨੂੰ ਹਰ ਸੰਭਵ ਮਦਦ ਦੇਵੇ। ਇਸ ਔਖੀ ਘੜੀ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜੋ ਬੱਚੇ ਕੈਨੇਡਾ ਨਹੀਂ ਆ ਸਕੇ ਉਹਨਾਂ ਦੀ ਪੜ੍ਹਾਈ ਆਨਲਾਈਨ ਪੂਰੀ ਹੋ ਗਈ ਹੈ। ਉਹਨਾਂ ਨੂੰ ਜਲਦ ਹੀ ਕੈਨੇਡਾ ਆਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਵਰਕ ਪਰਮਿਟ ਦੇ ਨਾਲ ਸੌਖੇ ਢੰਗ ਨਾਲ PR ਆਉਣ ਦਾ ਵੀ ਮੌਕਾ ਦਿੱਤਾ ਜਾਵੇਗਾ। ਉਹ ਵਿਦਿਆਰਥੀ ਹੁਣ ਕੈਨੇਡਾ ਆਉਣ ਲਈ PGWP ਤੇ ਅਪਲਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਜਾਂ ਕੈਨੇਡਾ ਤੋਂ ਬਾਹਰ ਸਾਰੇ ਬੱਚਿਆਂ ਨੇ ਜਸਟਿਨ ਟਰੂਡੋ ਦੇ ਪ੍ਰਸ਼ਾਸਨ ਤੇ ਸਰਕਾਰ ਦੀ ਸ਼ਲਾਘਾ ਕੀਤੀ ਹੈ। ਭਾਰਤ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਇੱਕ ਵਾਰ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਵਾਦਾਂ ਵਿੱਚ ਆ ਗਏ ਹਨ। ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲਬਾਤ ਹੋਈ ਹੈ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਲੋਕਤੰਤਰੀ ਸਿਧਾਂਤਾਂ ਲਈ ਦੋਹਾਂ ਦੇਸ਼ਾਂ ਦੀ ਵਚਨਬੱਧਤਾ, ਹਾਲੀਆ ਪ੍ਰਦਰਸ਼ਨ ਅਤੇ ਗੱਲਬਾਤ ਦੇ ਜ਼ਰੀਏ ਮੁੱਦਿਆਂ ਦੇ ਹੱਲ ਦੇ ਮਹੱਤਵ ਤੇ ਚਰਚਾ ਕੀਤੀ। ਟਰੂਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਸੀ। ਟਰੂਡੋ ਨੇ ਟਵੀਟ ਕੀਤਾ ਕਿ ਮੋਦੀ ਨਾਲ ਕਈ ਮੁੱਦਿਆਂ ਤੇ ਮੇਰੀ ਚੰਗੀ ਗੱਲਬਾਤ ਹੋਈ ਅਤੇ ਅਸੀਂ ਅੱਗੇ ਵੀ ਸੰਪਰਕ ਵਿੱਚ ਰਹਿਣ ਤੇ ਸਹਿਮਤੀ ਜ਼ਾਹਰ ਕਰਦੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਭਾਰਤ ਵਿੱਚ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਕਿਹਾ ਹੈ ਕਿ ਦੋਹਾਂ ਨੇਤਾਵਾਂ ਨੇ ਲੋਕਤੰਤਰੀ ਸਿਧਾਂਤਾਂ ਲਈ ਕੈਨੇਡਾ ਤੇ ਭਾਰਤ ਦੀਆਂ ਵਚਨਬੱਧਤਾ, ਹਾਲੀਆ ਪ੍ਰਦਰਸ਼ਨ ਅਤੇ ਗੱਲਬਾਤ ਜ਼ਰੀਏ ਮੁੱਦਿਆਂ ਦੇ ਹੱਲ ਦੇ ਮਹੱਤਵ ਚਰਚਾ ਕੀਤੀ। ਟਰੂਡੋ ਨੇ ਦਸੰਬਰ ਵਿੱਚ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਸਮਰਥਨ ਕਰਦਾ ਰਹੇਗਾ ਅਤੇ ਨਾਲ ਹੀ ਉਹਨਾਂ ਨੇ ਸਥਿਤੀ ਸੰਬੰਧੀ ਚਿੰਤਾ ਵੀ ਜ਼ਾਹਰ ਕੀਤੀ ਸੀ। ਭਾਰਤ ਨੇ ਇਸ ਮਗਰੋਂ ਕੈਨੇਡਾ ਦੇ ਹਾਈ ਕਮਿਸ਼ਨ ਨਾਦਰ ਪਟੇਲ ਨੂੰ ਤਲਬ ਕੀਤਾ ਸੀ ਅਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਟਰੂਡੋ ਅਤੇ ਉਹਨਾਂ ਦੀ ਕੈਬਨਿਟ ਦੇ ਹੋਰ ਮੈਂਬਰਾਂ ਵੱਲੋਂ ਕਿਸਾਨਾਂ ਦੇ ਪ੍ਰਦਰਸ਼ਨ ਸੰਬੰਧੀ ਕੀਤੀ ਗਈ ਟਿੱਪਣੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਇੱਕ ਅਸਵੀਕਾਰ ਦਖਲ ਹੈ ਅਤੇ ਜੇਕਰ ਇਹ ਜਾਰੀ ਰਿਹਾ ਤਾਂ ਇਸ ਨਾਲ ਦੋ ਪੱਖੀ ਸੰਬੰਧਾਂ 'ਤੇ ਡੂੰਘਾ ਅਸਰ ਪਵੇਗਾ। ਭਾਰਤ ਵੱਲੋਂ ਜਾਰੀ ਪੂਰੇ ਬਿਆਨ ਵਿੱਚ ਕਿਤੇ ਵੀ ਕੈਨੇਡਾ ਦੇ PM ਟਰੂਡੋ ਦੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਜ਼ਿਕਰ ਨਹੀਂ ਹੈ। ਉਧਰੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਟਰੂਡੋ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੁੱਦੇ ਨੂੰ ਮੋਦੀ ਸਾਹਮਣੇ ਚੁੱਕਿਆ ਸੀ। ਜੇਕਰ ਟਰੂਡੋ ਨੇ ਇਸ ਗੱਲਬਾਤ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਚੁੱਕਿਆ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਜਦੋਂ ਉਹਨਾਂ ਨੇ ਦੋ ਪੱਖੀ ਗੱਲਬਾਤ ਵਿੱਚ ਇਸ ਪ੍ਰਦਰਸ਼ਨ ਨੂੰ ਵੀ ਸ਼ਾਮਲ ਕੀਤਾ। ਗੌਰਤਲਬ ਹੈ ਕਿ ਭਾਰਤ ਦੇ ਵਿਰੋਧ ਦੇ ਬਾਵਜੂਦ ਟਰੂਡੋ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸ਼ੁਰੂ ਹੋਣ ਦਾ ਸਵਾਗਤ ਕੀਤਾ ਸੀ। ਕੈਨੇਡਾ ਸਰਕਾਰ ਵੱਲੋਂ ਦੇਸ਼ ਦੇ 4 ਪ੍ਰਮੁੱਖ ਹਵਾਈ ਅੱਡਿਆਂ ਟੋਰਾਂਟੋ, ਕੈਲਗਰੀ, ਮੌਂਟਰੀਅਲ ਅਤੇ ਕੈਲਗਰੀ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਵਾਇਰਸ ਟੈਸਟ ਕਰਨ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ 22 ਫਰਵਰੀ ਤੋਂ ਟੈਸਟ ਕਰਨਾ ਸ਼ੁਰੂ ਕੀਤਾ ਜਾਵੇਗਾ। ਹਰੇਕ ਯਾਤਰੀ ਨੂੰ ਕੈਨੇਡਾ ਦੇ ਹਵਾਈ ਅੱਡੇ ਤੋਂ ਹੋਟਲ ਵਿੱਚ ਪਹੁੰਚਾਇਆ ਜਾਵੇਗਾ ਜਿੱਥੇ 3 ਦਿਨ ਰੁਕਣਾ ਲਾਜ਼ਮੀ ਹੋਵੇਗਾ। ਟੈਸਟ ਅਤੇ ਉਸ ਨਾਲ ਜੁੜੇ ਹੋਰ ਖਰਚੇ ਯਾਤਰੀਆਂ ਨੂੰ ਆਪਣੇ ਕੋਲੋਂ ਦੇਣੇ ਪੈਣਗੇ ਜੋ ਅੰਦਾਜ਼ਨ $2,000 ਹੋ ਸਕਦੇ ਹਨ। ਸਰਕਾਰ ਵੱਲੋਂ ਹਵਾਈ ਅੱਡਿਆਂ ਦੇ ਨਜ਼ਦੀਕ ਕੁਝ 94 ਹੋਟਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿੱਥੇ ਜਾ ਕੇ ਯਾਤਰੀ ਠਹਿਰਨਗੇ। ਉਹਨਾਂ ਹੋਟਲਾਂ ਦੀ ਲਿਸਟ 18 ਫਰਵਰੀ ਨੂੰ ਜਨਤਕ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੋਟਲ ਬੁੱਕ ਕੀਤਾ ਜਾ ਸਕੇਗਾ। ਜਿਨ੍ਹਾਂ ਯਾਤਰੀਆਂ ਦਾ ਟੈਸਟ ਨੈਗੇਟਿਵ ਆਏਗਾ ਉਹ ਆਪਣੇ ਘਰ ਜਾ ਕੇ ਇਕਾਂਤਵਾਸ ਕਰ ਸਕਣਗੇ। ਪੋਜ਼ਿਟਿਵ ਟੈਸਟ ਵਾਲੇ ਯਾਤਰੀ 3 ਦਿਨ ਹੋਟਲ ਦੀ ਠਹਿਰ ਮਗਰੋਂ ਆਪਣੇ ਘਰ ਨਹੀਂ ਜਾ ਸਕਣਗੇ ਅਤੇ ਉਹਨਾਂ ਨੂੰ ਕੋਰੋਨਾ ਤੋਂ ਨਿਜਾਤ ਪਾ ਲੈਣ ਤੱਕ ਸਰਕਾਰੀ ਦੇਖਰੇਖ ਹੇਠ ਮੁਫ਼ਤ ਰਹਿਣਾ ਪਵੇਗਾ। ਕੈਨੇਡਾ ਦੀ ਅਮਰੀਕਾ ਨਾਲ ਲੱਗਦੀ ਜ਼ਮੀਨੀ ਸਰਹੱਦ ਰਾਹੀਂ ਆਉਣ ਵਾਲੇ ਲੋਕਾਂ ਦਾ ਵੀ ਕੋਰੋਨਾ ਟੈਸਟ ਲਿਆ ਜਾਵੇਗਾ ਪਰ ਉਹਨਾਂ ਨੂੰ ਹੋਟਲ ਵਿੱਚ ਇਕਾਂਤਵਾਸ ਨਹੀਂ ਕਰਨਾ ਪਵੇਗਾ। ਪਿਛਲੇ 1 ਸਾਲ ਤੋਂ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਇਟਲੀ ਦੇ ਪ੍ਰਧਾਨ ਮੰਤਰੀ ਜੁਸੈਪੇ ਕੋਤੇ ਨੂੰ ਉਹਨਾਂ ਦੀਆਂ ਗੱਠਜੋੜ ਪਾਰਟੀਆਂ ਵੱਲੋਂ ਸਮਰਥਨ ਵਾਪਸ ਲੈ ਜਾਣ ਪਿੱਛੋਂ ਅਸਤੀਫਾ ਦੇਣਾ ਪਿਆ ਸੀ। ਇਸ ਮੌਕੇ ਰਾਸ਼ਟਰਪਤੀ ਨੇ ਨਵੇਂ ਪ੍ਰਧਾਨ ਮੰਤਰੀ ਲਈ ਮਾਰੀਓ ਦਰਾਗੀ ਦਾ ਨਾਂ ਅੱਗੇ ਕੀਤਾ ਸੀ ਅਤੇ ਸਰਕਾਰ ਬਣਾਉਣ ਲਈ ਮਾਰੀਓ ਦਰਾਗੀ ਨੇ ਆਪਣੇ ਸਮਰਥਕਾਂ ਨਾਲ ਚਰਚਾ ਕੀਤੀ। ਮਾਰੀਓ ਦਰਾਗੀ ਇਟਲੀ ਦੀਆਂ ਉਹਨਾਂ ਪਾਰਟੀਆਂ ਦਾ ਸਮਰਥਨ ਜੁਟਾਉਣ ਵਿੱਚ ਕਾਮਯਾਬ ਰਹੇ ਜਿਨ੍ਹਾਂ ਦਾ ਪਿਛਲੀ ਜੁਸੈਪੇ ਕੋਤੇ ਸਰਕਾਰ ਨੂੰ ਡੇਗਣ ਵਿੱਚ ਪੂਰਾ ਯੋਗਦਾਨ ਰਿਹਾ। ਕਾਫੀ ਦਿਨਾਂ ਦੇ ਇੰਤਜ਼ਾਰ ਪਿੱਛੋਂ ਇਟਲੀ ਵਾਸੀਆਂ ਲਈ ਅੱਜ ਖੁਸ਼ੀ ਦੀ ਖਬਰ ਇਹ ਰਹੀ ਕਿ 73 ਸਾਲਾਂ ਮਾਰੀਓ ਦਰਾਗੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਨਵੀਂ ਸਰਕਾਰ ਦੇ ਮੰਤਰੀ ਮੰਡਲ ਵਿੱਚ 23 ਮੰਤਰੀ ਹੋਣਗੇ। ਮੰਤਰੀ ਮੰਡਲ ਵਿੱਚ 3 ਹਿੱਸਾ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਭਾਵ 8 ਔਰਤਾਂ ਅਤੇ 15 ਮਰਦ ਸ਼ਾਮਲ ਹਨ। ਮਾਰੀਓ ਦਰਾਗੀ ਯੂਰਪੀ ਸੈਂਟਰਲ ਬੈਂਕ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਬੈਂਕ ਆਫ ਇਟਲੀ ਦੇ ਗਵਰਨਰ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਨਾਲ ਉਹਨਾਂ ਨੇ ਪੜ੍ਹਾਈ ਵਿੱਚ ਰੋਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਚ PhD ਡਿਗਰੀ ਹਾਸਲ ਕੀਤੀ ਹੋਈ ਹੈ। ਦਰਾਗੀ ਉਹ ਸ਼ਖਸ ਹਨ ਜਿਨ੍ਹਾਂ ਨੇ ਯੂਰਪ ਦੀ ਕਰੰਸੀ ਯੂਰੋ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਟਲੀ ਦੇ ਅਰਥਚਾਰੇ ਨੂੰ ਵੀ ਭਾਰ ਲਗਾਉਣਗੇ ਕਿਉਂਕਿ ਦਰਾਗੀ ਦੀ ਸਿਆਣਪ ਦਾ ਲੋਹਾ ਇਟਲੀ ਦੇ ਸਿਆਸੀ ਮਹਾਰਥੀ ਮੰਨਦੇ ਹਨ ਅਤੇ ਇਹ ਦਰਾਗੀ ਦੀ ਕਾਬਲੀਅਤ ਦਾ ਪ੍ਰਤੱਖ ਸਬੂਤ ਹੀ ਹੈ ਕਿ ਕੌਂਤੇ ਦੀ ਬੇੜੀ ਡੁੱਬਣ ਵਾਲੇ ਦਰਾਗੀ ਦੀ ਬੇੜੀ ਨੂੰ ਆਪ ਬੰਨੇ ਲਾ ਰਹੇ ਹਨ। ਜਪਾਨ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਸਮਾਚਾਰ ਏਜੰਸੀ AP ਦੀ ਰਿਪੋਰਟ ਮੁਤਾਬਕ ਜਪਾਨ ਦੇ ਸਾਬਕਾ ਪੂਰਬੀ ਸਮੁੰਦਰੀ ਤੱਟ ਤੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 7.1 ਮਾਪੀ ਗਈ ਹੈ। ਅਜੇ ਤੱਕ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਅਮਰੀਕਾ ਜੀਓਲੋਜੀਕਲ ਸਰਵੇ ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਫੁਕੁਸ਼ੀਮਾ ਦੇ ਕੋਲ 54 ਕਿਲੋਮੀਟਰ ਦੀ ਡੂੰਘਾਈ 'ਚ ਸੀ। ਯਾਦ ਰਹੇ ਕਿ 2011 'ਚ ਜਪਾਨ 'ਚ ਅਜਿਹੇ ਹੀ ਜ਼ਬਰਦਸਤ ਭੂਚਾਲ ਦੇ ਚਲਦੇ ਸੁਨਾਮੀ ਆਈ ਸੀ ਜਿਸ ਨਾਲ 18,000
ਜੋ ਬਾਈਡਨ ਪ੍ਰਸ਼ਾਸਨ ਲਗਾਤਾਰ ਟਰੰਪ ਵੱਲੋਂ ਲਏ ਗਏ ਹੋਏ ਫੈਸਲੇ ਅਤੇ ਉਹਨਾਂ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਬਦਲ ਰਿਹਾ ਹੈ। ਇਸੇ ਕੜੀ ਵਿੱਚ ਹੁਣ ਅਮਰੀਕਾ ਮਸ਼ਹੂਰ ਸ਼ਾਰਟ ਵੀਡੀਓ ਪਲੇਟਫਾਰਮ ਟਿਕਟੌਕ ਤੇ ਬੈਨ ਹਟਾ ਸਕਦਾ ਹੈ। ਜੋ ਬਾਈਡਨ ਪ੍ਰਸ਼ਾਸਨ ਨੇ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਟਿਕਟੌਕ ਅਤੇ ਵੀਚੈਟ ਤੇ ਚਲਾਏ ਜਾ ਰਹੇ ਮੁਕੱਦਮੇ ਤੇ ਹੋਲਡ ਲਗਾ ਦਿੱਤੇ। ਜੋ ਬਾਈਡਨ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਚੀਨ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਫੈਸਲੇ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਰਨਗੇ। ਸਾਬਕਾ ਰਾਸ਼ਟਰਪਤੀ ਟਰੰਪ ਚੀਨ ਨੂੰ ਲੈ ਕੇ ਕਾਫ਼ੀ ਸਖ਼ਤ ਸੀ ਅਤੇ ਉਹਨਾਂ ਨੇ ਭਾਰਤ ਦੇ ਰਾਸਤੇ ਚੱਲਦੇ ਹੋਏ ਚੀਨੀ ਮੋਬਾਈਲ ਐਪਲੀਕੇਸ਼ਨ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿੱਚ ਟਿਕਟੌਕ ਵੀ ਸ਼ਾਮਲ ਸੀ। ਟਰੰਪ ਨੇ ਕਿਹਾ ਸੀ ਕਿ ਚਾਈਨੀਜ਼ ਮੋਬਾਈਲ ਐਪਲੀਕੇਸ਼ਨ ਅਮਰੀਕਾ ਦੀ ਸੁਰੱਖਿਆ ਦੇ ਲਈ ਖ਼ਤਰਨਾਕ ਹਨ। ਟਰੰਪ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਅਮਰੀਕਾ ਦੀ ਇੱਕ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਹੁਣ ਬਾਈਡਨ ਪ੍ਰਸ਼ਾਸਨ ਨੇ ਕੋਰਟ ਵਿੱਚ ਹੋਲਡ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ। ਬਾਈਡਨ ਪ੍ਰਸ਼ਾਸਨ ਨੇ ਕੋਰਟ ਵਿੱਚ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਲਏ ਗਏ ਇਸ ਫੈਸਲੇ ਦੀ ਸਮੀਖਿਆ ਕਰਨੀ ਚਾਹੁੰਦੇ ਹਨ। ਬਾਈਡਨ ਪ੍ਰਸ਼ਾਸਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਡਿਪਾਰਟਮੈਂਟ ਆਫ ਕਮਰਸ ਸਾਬਕਾ ਰਾਸ਼ਟਰਪਤੀ ਟਰੰਪ ਦੇ ਤਮਾਮ ਫੈਸਲਿਆਂ ਦੀ ਸਮੀਖਿਆ ਕਰ ਰਿਹਾ ਹੈ। ਉਸੇ ਤਹਿਤ ਟਿਕਟੌਕ ਅਤੇ ਵੀਚੈਟ ਤੇ ਚਲਾਏ ਜਾ ਰਹੇ ਮੁਕੱਦਮੇ ਤੇ ਹੋਲਡ ਲਾਉਣ ਦੀ ਮੰਗ ਕੋਰਟ ਨੂੰ ਕੀਤੀ ਗਈ ਹੈ। ਵਾਈਟ ਹਾਊਸ ਦੇ ਬੁਲਾਰੇ ਜਿਨ ਪਾਸਕੀ ਦੇ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਮੁੜ ਜਾਂਚ ਕਰਨ ਦੀ ਕੋਸ਼ਿਸ਼ ਕਰਾਂਗੇ। ਮੋਬਾਈਲ ਐਪਲੀਕੇਸ਼ਨ ਟਿਕਟੌਕ ਅਤੇ ਵੀਚੈਟ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖਤਰਾ ਹੈ ਕਿ ਨਹੀਂ। ਕੈਨੇਡਾ ਨੇ 2020 ਵਿੱਚ 184,370 ਨਵੇਂ ਪ੍ਰਵਾਸੀਆਂ ਨੂੰ PR ਦਿੱਤੀ ਹੈ, ਜੋ ਕਿ 1998 ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ। ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਇਹ ਗਿਰਾਵਟ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਆਈ ਹੈ। ਨਵੇਂ ਅੰਕੜਿਆਂ ਮੁਤਾਬਕ ਕੈਨੇਡਾ ਨੇ 2020 ਵਿੱਚ 184,370 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ, ਜੋ ਕਿ 1998 ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ। 1998 ਵਿੱਚ 174,000 ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ 'ਤੇ ਪੈਰ ਰੱਖਿਆ ਸੀ। ਉਸ ਤੋਂ ਬਾਅਦ ਇਹਨਾਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ, ਪਰ 2020 ਵਿੱਚ ਆਏ ਕੋਰੋਨਾ ਮਹਾਂਮਾਰੀ ਕਾਰਨ ਇਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਮਾਰਚ 2020 ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਾਕੋ ਮੈਡੀਸਿਨੋ ਨੇ ਐਲਾਨ ਕੀਤਾ ਸੀ ਕਿ 2019 ਦੀ ਤਰ੍ਹਾਂ ਕੈਨੇਡਾ ਵਿੱਚ 2020 ਵਿੱਚ ਵੀ 3,41,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰੇਗੇ। ਪਰ ਇਸ ਤੋਂ ਕੁਝ ਦਿਨਾਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ 'ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਦੀਪ ਸਿੱਧੂ ਦੀ ਗ੍ਰਿਫਤਾਰੀ ਮਗਰੋਂ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਹਿੰਸਾ ਮਾਮਲੇ 'ਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ 'ਤੇ ਵੀ 1,00,000 ਰੁਪਏ ਦਾ ਇਨਾਮ ਰੱਖ ਦਿੱਤਾ ਹੈ। ਪੁਲਿਸ ਨੇ ਲੱਖਾ ਸਿਧਾਣਾ ਬਾਰੇ ਸੂਹ ਦੇਣ ਵਾਲੇ ਨੂੰ 1,00,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਅਤੇ ਵਿਸ਼ੇਸ਼ ਸੈੱਲ ਦੀਆਂ ਟੀਮਾਂ ਇਸ ਸੰਬੰਧ 'ਚ ਪੰਜਾਬ, ਹਰਿਆਣਾ ਅਤੇ ਦਿੱਲੀ NCR 'ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਦੱਸ ਦਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਐਕਟਰ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਕੀਤੀ ਗਈ ਅਤੇ ਹੁਣ ਉਹ ਰਿਮਾਂਡ 'ਤੇ ਚੱਲ ਰਹੇ ਹਨ। ਉੱਧਰ ਕਿਸਾਨ ਅੰਦੋਲਨ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਕਾਇਮ ਕਮੇਟੀ ਨੇ 12 ਕਿਸਾਨ ਯੂਨੀਅਨਾਂ ਅਤੇ 8 ਰਾਜਾਂ ਦੇ ਕਿਸਾਨਾਂ ਨਾਲ ਵਿਵਾਦਿਤ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵਿਚਾਰ ਚਰਚਾ ਦੇ ਸਲਾਹ ਮਸ਼ਵਰਾ ਕੀਤਾ। ਕਮੇਟੀ ਵੱਲੋਂ ਹੁਣ ਤੱਕ ਕੀਤੀ ਇਹ 7ਵੀਂ ਮੀਟਿੰਗ ਸੀ। ਚੇਤੇ ਰਹੇ ਕਿ ਇਸ ਕਮੇਟੀ ਵੱਲੋਂ ਸਾਰੇ ਸੰਬੰਧਿਤ ਭਾਈਵਾਲਾਂ ਨਾਲ ਆਨਲਾਈਨ ਅਤੇ ਨਿੱਜੀ ਦੋਵਾਂ ਤਰੀਕਿਆਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ। ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਕਿਸਾਨਾਂ, ਕਿਸਾਨ ਯੂਨੀਅਨਾਂ ਅਤੇ ਖੇਤੀ ਉਤਪਾਦ ਸੰਗਠਨਾਂ ਨਾਲ ਵਰਚੁਅਲ ਕਾਨਫਰੰਸਾਂ ਜ਼ਰੀਏ ਉਹਨਾਂ ਦੀ ਰਾਏ ਲਈ ਹੈ। ਬਿਆਨ ਮੁਤਾਬਕ 12 ਕਿਸਾਨ ਯੂਨੀਅਨਾਂ ਅਤੇ ਆਂਧਰਾ ਪ੍ਰਦੇਸ਼, ਬਿਹਾਰ, ਜੰਮੂ ਅਤੇ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਮੀਟਿੰਗ ਮੈਂਬਰਾਂ ਨਾਲ ਤਫਸੀਲ ਵਿੱਚ ਵਿਚਾਰ ਚਰਚਾ ਕੀਤੀ। ਕਮੇਟੀ ਨੇ ਕਿਹਾ ਕਿ ਮੀਟਿੰਗ 'ਚ ਸ਼ਾਮਲ ਕਿਸਾਨ ਯੂਨੀਅਨਾਂ, FPOs ਅਤੇ ਕਿਸਾਨਾਂ ਨੇ 3 ਖੇਤੀ ਕਾਨੂੰਨਾਂ ਦੇ ਤਫਸੀਲ 'ਚ ਆਪਣੀ ਰਾਏ ਅਤੇ ਸੁਝਾਅ ਦਿੱਤੇ। ਇਸੀ ਹੁਣ ਤੱਕ ਦੀਆਂ ਖਬਰਾਂ ਦੇਖਦੇ ਰਹੋ ਪੰਜਾਬ ਮੇਲ, USA TV।